ट्यूशन आए हैं पर ट्यूशन जा नहीं रहे, अज असी चले करांगे फाइल का एक्सप्लोर। गाइस आ देखो प्रताप बाग आए हो, ज्यादा रश नहीं है। तो गाइस आ देखो इत्थे व्यू चेक करो यार, किड्डा घैंट व्यू आ, आसमान जिवें तुसीं देखिआ साडे प्रताप बाग दा सीन। ते इत्थे अपने हरियाली भी बहुत है। कित्थे चलिआ ओए, आजा आजा उरां आजा, आ वेखो जिथे वेखो उथे वीम शुरू कर लैंदा है। बंदर जिहा डिगेगा बड़ा जोर दी, चक्कर नहीं आना किसी ने। ते गाइस हुण असीं चलने आ रेलवे स्टेशन, इत्थे दा दिल नहीं लग रहा कुछ करन नूं। ते टाइम हाले घंटा पिया घरे जाण नूं, ते मिलदे आ तुहानूं रेलवे स्टेशन फाजिलका दे। चलो गाइस देखो हुण असीं फाजिलका दे स्टेशन ते आ गए आ। ओए ट्रेन खड़ी है, चढ़िए जल्दी आ जा। ते गाइस हुण असीं चलन लगे आ ट्रेन ते। आ रही ट्रेन, असीं क्या चल एक यूटा लैके आईए, चढ़ चलना पूरा खाली डब्बा है। चलिए यार कित घूम के आने। ਡਰਦਾ ਬਹੁਤ ਹੈ ਯਾਰ, ਕਹਿੰਦਾ ਨਹੀਂ ਜਾਣਾ ਕਿੱਥੇ। ਮੈਂ ਕਿਹਾ ਚੱਲ ਫਿਰ ਨਹੀਂ ਜਾਂਦੇ, ਲੈ ਗਏ ਅਸੀਂ ਥੱਲੇ। ਇੰਜਨ ਦੇਖੋ, ਇੰਜਨ ਵੀ ਰੈਡੀ ਸੀ ਬਸ, ਪਰ ਚਲੋ ਕੋਈ ਗੱਲ ਨਹੀਂ, ਡਰ ਪੋਗਾ ਥੋੜ੍ਹਾ ਹਲੇ। ਅਤੇ ਗਾਈਜ਼ ਸਾਨੂੰ ਰੇਲਵੇ ਸਟੇਸ਼ਨ ਐਕਸਪਲੋਰ ਕਰਦੇ ਕਰਦੇ ਬੜੀ ਇੱਕ ਘੈਂਟ ਚੀਜ਼ ਲੱਭੀ ਹੈ, ਦੇਖੋਗੇ ਦਿਖਾਉਂਦੇ। ਚਲੋ ਉਹ ਦੇਖੋ ਗਾਈਜ਼, ਪੁਰਾਣਾ ਰੇਲਵੇ ਸਟੇਸ਼ਨ ਹੈ ਸ਼ਾਇਦ, ਜਾਂ ਫਿਰ ਕਿਸੇ ਦਾ ਘਰ ਵੀ ਕਹਿ ਸਕਦੇ ਹਾਂ, ਜਾ ਕੇ ਵੇਖਦੇ ਹਾਂ। ਚਲੋ ਆ ਜਾਓ ਚਲੀਏ। ਗਾਈਜ਼ ਵੇਖੋ ਕੰਧ ਟੱਪ ਕੇ ਆ ਰਿਹਾ, ਕੰਧ ਟੱਪ ਕੇ ਉਹ ਕੰਨਾਂ ਦੇ ਮਗਰ ਹੈਗੀ ਹੈ, ਉਹ ਪੁਰਾਣਾ ਰੇਲਵੇ ਸਟੇਸ਼ਨ ਹੈ ਪਤਾ ਨਹੀਂ। ਗਾਈਜ਼ ਆਹ ਦੇਖੋ ਸਾਨੂੰ ਕੀ ਮਿਲਿਆ, ਪੁਰਾਣਾ ਵਾ, ਪੁਰਾਣੀ ਚੀਜ਼ ਹੈ ਕੋਈ। ਯਾਰ ਆਪਾਂ ਇਹਦੇ ਅੰਦਰ ਨਹੀਂ ਜਾਂਦੇ, ਸੱਪ ਹੋ ਸਕਦੇ ਆ ਹਨਾ। ਇਹ ਗਾਈਜ਼ ਕੋਈ ਪੁਰਾਣੀ ਸਰਕਾਰੀ ਚੀਜ਼ ਹੀ ਹੈ, ਬਾਹਰ ਹੀ ਦੇਖ ਲਓ ਗਾਈਜ਼। ਅਸੀਂ ਇਹਦੇ ਅੰਦਰ ਤਾਂ ਨਹੀਂ ਗਏ ਐਕਸਪਲੋਰ ਕਰਨ, ਰਸਤਾ ਨਹੀਂ ਮਿਲ ਰਿਹਾ ਸਾਨੂੰ, ਅਤੇ ਆਪਣੇ ਜਾਣਾ ਵੀ ਨਹੀਂ ਚਾਹੀਦਾ ਯਾਰ ਇਹ ਜੀਆਂ ਪੁਰਾਣੀਆਂ ਜਗ੍ਹਾ 'ਤੇ। ਕਈ ਵਾਰੀ ਕੋਈ ਬੈਠਾ ਹੁੰਦਾ, ਗੁਨੇਸ਼ੇ ਕਰਦਾ ਪਿਆ ਹੁੰਦਾ, ਅਤੇ ਐਵੇਂ ਸਨੈਚਿੰਗ ਵਗੈਰਾ ਹੋ ਸਕਦੀ ਹੈ, ਯੂ ਨੋ ਵਟ ਆਈ ਮੀਨ। ਸੋ ਗਾਈਜ਼ ਉਹਦੇ ਅੰਦਰ ਤਾਂ ਨਹੀਂ ਅਸੀਂ ਗਏ, ਬਾਹਰ ਵੀ ਤੁਹਾਨੂੰ ਦਿਖਾ ਦੀ। ਹੁਣ ਟਰਾਈ ਦਿਸ ਐਟ ਹੋਮ ਗਾਈਜ਼, ਕੀ ਹੋ ਗਿਆ। ਆਏ ਸੀ ਬਾਜ਼ਾਰ ਵਿੱਚ ਕਲੋਕ ਟਾਵਰ ਕੋਲ, ਅਤੇ ਗਾਈਜ਼ ਹਲਕਾ ਹਲਕਾ ਕਣੀਆਂ ਸਟਾਰਟ ਹੋ ਗਈਆਂ ਬਾਰਿਸ਼ ਦੀਆਂ, ਅਤੇ ਆਪਾਂ ਇਹਨਾਂ ਨਾਲ ਗੱਲ ਕਰਕੇ ਉੱਪਰ ਜਾਣ ਦੀ ਟਰਾਈ ਕਰਦੇ ਹਾਂ, ਉੱਥੋਂ ਦੀ ਵੀਡੀਓ ਬਣਾਉਂਦੇ ਹਾਂ। ਇਹ ਨਾ ਸਾਡੇ ਸ਼ਹਿਰ ਦੇ ਇੱਕ ਪੈੜੀਵਾਲ ਹੈਗੇ ਆ, ਉਹਨਾਂ ਨੇ ਬਣਵਾਇਆ ਸੀ, ਬੜੇ ਪੁਰਾਣੇ ਟਾਈਮ ਦਾ ਬਣਿਆ ਹੋਇਆ। ਗਾਈਜ਼ ਸਾਨੂੰ ਉੱਪਰ ਜਾਣ ਦੀ ਪਰਮਿਸ਼ਨ ਨਹੀਂ ਮਿਲੀ, ਉਹ ਕਹਿੰਦੇ ਉੱਪਰ ਪਾਣੀ ਭਰਿਆ ਹੋਇਆ ਅਤੇ ਪੈਰ ਸਲਿੱਪ ਕਰ ਸਕਦਾ, ਅਤੇ ਕਹਿੰਦੇ ਇੱਕ ਵਾਰੀ ਨਾ ਜਾਓ ਫਿਰ ਕਦੀ ਆ ਕੇ,
ਤੁਸੀਂ ਚਲੇ ਜਾਣਾ ਤੇ ਗਾਇਜ਼ ਤੁਸੀਂ ਮੈਂ ਤੁਹਾਨੂੰ ਇੱਕ ਸਪੈਸ਼ਲ ਵਲੌਗ ਇਹਦਾ ਬਣਾਊਂਗਾ ਸਾਰੀ ਹਿਸਟਰੀ ਦੱਸ ਕੇ ਠੀਕ ਹੈ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਤੇ ਕਲਿੱਕ ਕਰਨਾ। ਹਾਂਜੀ ਗਾਇਜ਼ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਵਿੱਚ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਥੈਂਕ ਯੂ ਗਾਇਜ਼।